ਬੱਸੀ ਪਠਾਣਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਵਾਪਰਿਆ ਇੱਕ ਭਿਆਨਕ ਹਾਦਸਾ। ਰੋਡ ਦੇ ਡਿਵਾਈਡਰ ਵਿਚਕਾਰ ਲੱਗਿਆ ਬਿਜਲੀ ਦਾ ਪੋਲ ਅਚਾਨਕ ਇੱਕ ਕਾਰ ਦੇ ਉੱਤੇ ਆ ਡਿੱਗਿਆ, ਜਿਸ ਕਾਰਨ ਕਾਰ ਦਾ ਫਰੰਟ ਸ਼ੀਸ਼ਾ ਚੂਰੋ ਚੂਰ ਹੋ ਗਿਆ। ਕਾਰ ਸਵਾਰ ਨੇ ਦੱਸਿਆ ਕਿ ਉਹ ਇੱਕ ਵਿਆਹ ਸਮਾਗਮ 'ਤੇ ਜਾ ਰਹੇ ਸਨ ਕਿ ਅਚਾਨਕ ਇੱਕ ਪੋਲ ਉਹਨਾਂ ਦੀ ਕਾਰ 'ਤੇ ਆ ਡਿੱਗਿਆ। ਉਹਨਾਂ ਨੇ ਦੱਸਿਆ ਕਿ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਅੱਜ ਅਸੀਂ ਆਪਣੀ ਜਾਨ ਗਵਾ ਬੈਠਣੀ ਸੀ। ਉਹਨਾਂ ਨੇ ਕਿਹਾ ਇਸ ਦਾ ਹਰਜਾਨਾ ਪ੍ਰਸ਼ਾਸਨ ਨੂੰ ਭਰਨਾ ਪਵੇਗਾ। ਬੱਸੀ ਪਠਾਣਾ ਦਾ ਇਹ ਹਾਲ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹਾ ਕਰ ਰਿਹਾ ਹੈ। ਉੱਥੋਂ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਪਤਾ ਨਹੀਂ ਕਿੰਨੇ ਰੋਡ ਐਕਸੀਡੈਂਟ ਹੁੰਦੇ ਹਨ, ਪਰ ਲਾਈਟਾਂ ਨੂੰ ਚਲਾਉਣ ਦੀ ਬਜਾਏ ਵਿੰਗੇ ਹੋਏ ਬਿਜਲੀ ਦੇ ਪੋਲ ਵੀ ਠੀਕ ਨਹੀਂ ਕਰਨ ਆਉਂਦੇ, ਜਿਸ ਕਾਰਨ ਅੱਜ ਇਹ ਭਿਆਨਕ ਹਾਦਸਾ ਵਾਪਰ ਗਿਆ। ਤੁਹਾਨੂੰ ਦੱਸ ਦਈਏ ਕੁਛ ਦਿਨ ਪਹਿਲਾਂ ਹੀ ਆਪਣੇ ਚੈਨਲ ਦੇ ਮਾਧਿਅਮ ਨਾਲ ਇਸ ਸਾਰੇ ਮਸਲੇ ਨੂੰ ਨਸ਼ਰ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਈ ਗਈ ਸੀ, ਪਰ ਲੱਗਦਾ ਪ੍ਰਸ਼ਾਸਨ ਕੋਈ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ। ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸਰਕਾਰ ਨੂੰ ਵੀ ਹੁਣ ਸਾਰੇ ਕੰਮ ਯਾਦ ਆਉਣਗੇ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਤਾਂ ਇਹੋ ਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਕੀ ਨਾਮ ਹੈ ਜੀ ਤੁਹਾਡਾ? ਨਾਮ ਵੀਰ ਜੀ ਹਰਿੰਦਰ ਸਿੰਘ। ਅਤੇ ਕਿੱਥੇ ਚੱਲੇ ਸੀਗੇ? ਵੀਰੇ ਮਰਿੰਡੇ ਚੱਲੇ ਸੀਗੇ ਬਰਾਦਰ ਜੀ। ਅਤੇ ਹੋਇਆ ਕਿਵੇਂ ਇਹ? ਹੋਇਆ ਵੀਰੇ ਗੱਡੀ ਆ ਰਹੀ ਸੀ, ਅਸੀਂ ਆ ਰਹੇ ਸੀਗੇ, ਗੱਡੀ ਦੇ ਵਿੱਚ ਸਾਹਮਣੇ ਖੰਭਾ ਟੁੱਟਦਾ ਦਿਖਿਆ ਅਤੇ ਬ੍ਰੇਕ ਮਾਰਨ ਦੀ ਵੀ ਕੋਸ਼ਿਸ਼ ਕਰੀ, ਪਰ ਫਿਰ ਵੀ ਉੱਪਰ ਗਿਰ ਗਿਆ। ਬਿਲਕੁਲ ਸੜਕ, ਬਿਲਕੁਲ ਸੜਕ ਦੇ ਵਿੱਚ। ਇੰਨਾ ਸ਼ੁਕਰ ਬਚੋ, ਇਹ ਹੋ ਗਿਆ ਵੀ ਪਿੱਛੇ ਦੀ ਕੋਈ ਟ੍ਰੈਫਿਕ ਆ ਨਹੀਂ ਰਹੀ ਸੀਗੀ ਜੀ, ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜੀ, ਪਰ ਫਿਰ ਵੀ ਸਾਡੇ ਨਾਲ ਦੇ ਬੰਦੇ ਫਿਰ ਵੀ ਠੀਕ ਹੈ। ਅਤੇ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ? ਦੇਖੋ ਜੀ, ਇਹ ਜਿਹੜਾ ਹੈਗਾ ਮਤਲਬ ਕਿ ਇਹ ਮਿਊਂਸੀਪਲ ਕਾਰਪੋਰੇਸ਼ਨ ਦੀ ਉਹ ਬਣਦੀ ਹੈ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਵੀ ਜੇ ਉਹਨਾਂ ਨੇ ਇਹ ਚੀਜ਼ ਨੂੰ ਕਰਵਾਇਆ ਤਾਂ ਇਹਦੀ ਮੇਨਟੇਨੈਂਸ ਦਾ ਵੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਹੁਣ ਮੈਂ ਤੁਹਾਨੂੰ ਦਿਖਾ ਸਕਦਾ ਸਾਡੀ ਗੱਡੀ ਦਾ, ਦੇਖੋ ਕਿੰਨਾ ਨੁਕਸਾਨ ਹੋ ਚੁੱਕਿਆ ਇਹਦਾ। ਹਾਲੇ ਕੋਈ ਚਲੋ ਜਾਨੀ ਨੁਕਸਾਨ ਨਹੀਂ ਹੋਇਆ, ਬਟ ਅਸੀਂ ਇਹ ਮੰਗ ਕਰਦੇ ਹਾਂ ਇਸ ਟਾਈਮ ਜਿਹੜੀ ਵੀ ਇੱਥੇ ਦੀ ਲੋਕਲ ਮਿਊਂਸੀਪਲ ਕਾਰਪੋਰੇਸ਼ਨ ਹੈ ਜਾਂ ਸਰਕਾਰ ਹੈ, ਵੀ ਜਿਹੜਾ ਇਹ ਉਹਨਾਂ ਦੀ ਵਜ੍ਹਾ ਨਾਲ ਹੋਇਆ ਅਤੇ ਸਾਡੀ ਜਿਹੜੀ ਵੀ ਗੱਡੀ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਕੈਮਰਾਮੈਨ ਹਰੀਸ਼ ਪਾਠਕ ਦੇ ਨਾਲ ਸੰਦੀਪ ਅਰੋੜਾ।